ਗਡੋਇਆਂ ਦੀ ਟੱਟੀ ਵਰਗੀ ਜਦੋਂ ਤਾਂ ਆਇਆ ਨਾ ਮੇਰੇ ਕੋਲ ਭੋਰਾ ਆ ਖੁੱਡਾਂ ਹੀ ਨੀ ਬੰਦ ਆਉਂਦੀਆਂ ਪਈਆਂ ਯਕੀਨ ਕਰੋ ਤੁਹਾਡੇ ਕੋਲ ਇੰਨੀ ਹੈਗਾ ਬੰਦੇ ਦੇ ਲੂੰ ਪਾਣੀ ਹਾਲੇ ਆਇਆ ਕੋਈ ਨੀ ਯਾਰ ਬੰਦੇ ਕੀ ਕਰੀਏ ਯਾਰ ਅੱਧਾ ਘੰਟਾ ਹੋ ਗਿਆ ਪਾਣੀ ਆਖਿਆ ਨੂੰ ਇੱਕ ਮੁਰੱਬੇ ਦੂਰ ਪਾਣੀ ਆਉਣਾ ਤਾਂ ਅੱਧੇ ਘੰਟੇ ਪਾਣੀ ਪਹੁੰਚ ਜਾਂਦਾ ਹਾਲੇ ਤੱਕ ਨਹੀਂ ਆਇਆ ਇੱਕ ਅਤੇ ਅੱਜ ਤੁਹਾਨੂੰ ਚਾਸ ਕਰੇ ਸਾਂ ਨਾਲੇ ਪਾਣੀ ਲਾਉਣਾ ਨਾਲੇ ਆਪਾਂ ਉੱਥੇ ਮਜ਼ੇ ਗੱਲਾਂ ਕਰਾਂਗੇ ਨਾਲੇ ਆ ਨਾਕਾ ਵੀ ਟੁੱਟਾ ਪਿਆ ਨੇ ਬਹੁ ਨਾਲ ਨਾ ਕੀ ਆਖੀ ਯਾਰ ਉਸਤਾਜੀ ਨਾਲ ਗੱਲ ਤਾਂ ਮੰਨਦੇ ਨੀ ਕੋਈ ਵੀ ਸੁਸਤੀਆਂ ਜੀ ਆ ਗਈਆਂ ਸੁੱਤੀ ਰਹੋ ਉੱਠ ਗਏ ਸਿਰ ਦੁਪਹਿਰੇ ਕੀ ਕਰਨ ਆਇਆ ਖੱਚ ਜੀ ਆ ਕੇ ਜਾਵੇ ਜੇ ਆ ਕੇ ਕਿਸ ਲਾਂ ਦਾ ਤੈਨੂੰ ਫੋਨ ਕੀਤਾ ਇੱਕ ਉਹ ਜਾਵਾਂ ਜਾਂ 9 ਵਜੇ ਆਇਆ ਇੱਕ ਆ ਜਾਵਾਂ ਦੇਖ ਖੜਕਾਵਣ ਵਾਲਾ ਚਮਚਾ ਨਹੀਂ ਇੰਜ ਦਾ ਮੂੰਹ ਕਰਕੇ ਭਰਾ ਕੋ ਥੋੜਾ ਥੋੜਾ ਝੜ ਤੂੰ ਚੰਗੀ ਸ਼ਾਇ ਸਾਰਾ ਇੱਕ ਵਾਰੀ ਛੱਡ ਛੱਡੇ ਪਾਣੀ ਅੱਗੂ ਮੈਂ ਖਾਲਾ ਪਾਟ ਜਾਵੇ ਇੱਧਰ ਵੇਖ ਨਾਲੀ ਦੀ ਬੋਕੀ ਬਣਦੀ ਪਈ ਹੈ ਰੋਂਦਾ ਪਿਆ ਕੀ ਹੋਇਆ ਟੁੱਟ ਗਈ ਆ ਥੋੜਾ ਕਰ ਪਾਣੀ ਉਹਦਾ ਪਰਾਂ ਲੁੜਾ ਛੱਡਿਆ ਨੇ ਫੱਟਾ ਸਾਰਾ ਕੱਢਿਆ ਈ ਉਹ ਪਾਣੀ ਥੋੜਾ ਕਰ ਫੱਟਾ ਦੇ ਅੱਗ ਬੜਿਆ ਪਾਣੀ ਉਹ ਰਪਰਾ ਟੁੱਟ ਗਿਆ ਹੋਈ ਦੇ 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 ਉਹ ਫੱਟਾ ਦੇ ਉਹ ਰਪਰਾ ਨਿਕਲ ਗਿਆ ਚੰਗੀਆਂ ਜਾਵਾਂ ਜੀ ਨੇ ਪਾਣੀ ਖਾਲੀ ਬਾਬਾ ਟੁੱਟ ਗਈ ਇੱਕ ਚੌਧਰੀ ਨਾਕ ਤੇ ਲਈ ਖਲੋਤਾ ਤੇ ਬਗਲੇ ਛਗਲੇ ਤੇ ਅਸੀਂ ਕੱਲ ਲਾਇਆ ਤੇ ਅੱਜ ਨੂੰ ਤੂੰ ਕਿੱਧਰ ਆ ਗਿਆ ਝਾਵੇਂ ਜੀ ਕਿੱਥੇ ਗਿਆ ਸੀ ਅੱਜ ਖਿਆਲ ਆ ਬੜਾ ਅੱਜ ਤਾਂ ਟੋਰਾ ਘੜੀ ਵੀ ਕਹੀ ਕਿਆ ਬੰਦ ਘੜੀ ਲੈ ਜਦੋਂ ਤਾਂ ਆਇਆ ਨਾ ਮੇਰੇ ਕੋਲ ਭੋਰਾ ਆ ਖੁੱਡਾਂ ਹੀ ਨੀ ਬੰਦ ਆਉਂਦੀਆਂ ਪਈਆਂ ਡੇਢ ਘੰਟਾ ਹੋ ਗਿਆ ਕਿਸੇ ਲੱਜੂ ਪਾਣੀ ਟੁੱਟ ਕਿਸੇ ਲੱਜੂ ਟੁੱਟ ਪਿਆ ਉਹ ਤੂੰ ਜਾਂਦਾ ਰਹਿ ਜਾਂਦਾ ਰਹਿ ਪਿੱਛੇ ਬੋਸ ਕੀ ਖਰਾਬ ਹੋ ਜਾਣਾ ਗੰਦੇ ਆਂਡੇ ਵੱਜੇ ਸੀ ਵੱਟਾਂ ਮਾਰਿਆ ਫਿਰ ਲਿਖਾ ਗਿਆ ਪ੍ਰੋਗਰਾਮ ਜਾਰੀ ਰਹਾ ਜਾਂ ਵੜ ਗਿਆ ਪ੍ਰੋਗਰਾਮ ਤਾਂ ਵੜ ਗਿਆ ਇਹ ਵੀ ਵੜ ਗਿਆ ਹੁਣ ਉੱਥੋਂ ਵੜੂ ਮੈਨੂੰ ਸ਼ੱਕ ਕੇ ਪ੍ਰੋਗਰਾਮ ਕਿਹੜਾ ਨਾ ਵੜਦਾ ਨਹੀਂ ਵੜਦਾ ਵੜੇਗਾ ਕਿ ਨਹੀਂ ਆਹ ਮਸੀਤ ਮਸੀਤ ਕਿਤੇ ਗਈ ਵੜ ਗਈ ਪ੍ਰੋਗਰਾਮ ਵੜ ਗਿਆ ਉਹ ਵੜ ਗਿਆ ਉਹ ਚੱਕਰ ਪ੍ਰੋਗਰਾਮ ਵੜ ਗਿਆ ਲੈ ਆਹ ਪ੍ਰੋਗਰਾਮ ਜਿਹਾ ਅੱਜ ਦੀ ਦਿਹਾੜੀ ਚ ਖਿਲਰ ਜਾਏਗੀ ਵੈਸੇ ਕਿੰਨੇ ਕੁ ਦਿਨ ਲੱਗਦੇ ਇੱਕ ਬੋਰੀ ਖਿਲਾਰਨ ਲੱਗਿਆ ਤੈਨੂੰ ਹੈਂ ਉਹ ਤੂੰ ਨਾ ਵੱਡੇ ਵੱਡੇ ਬੰਦੇ ਆ ਕਿ ਨਿੱਕੇ ਦਿਨਾਂ ਦਾ ਹਿਸਾਬ ਨਹੀਂ ਰੱਖੀਦਾ ਤੇ ਮਹੀਨੇ ਚ ਖਿਲਾਰ ਲੈਂਦੇ ਵੈਸੇ ਤੁਸੀਂ ਇੱਕ ਸੀਮਟ ਇੱਕ ਬੋਰੀ ਖਾਦ ਦੀ ਹੈਂ ਮਹੀਨੇ ਦੇ ਵਿੱਚ ਬਹੁਤੇ ਮੁਸ਼ਕਤ ਤੇ ਨਹੀਂ ਹੁੰਦੀ ਹੋਣੀ ਹਾਂ ਦਿਖਾ ਖਾਦ ਦਿਖਾਓ ਕਿੱਦਾਂ ਦੀ ਆ ਭਲਾ
ਅੱਗੇ ਕਦੇ ਨਹੀਂ ਵੇਖੀ। ਕੀ ਬਾਤ ਹੈ, ਤੇ ਗਡੋਇਆਂ ਦੀ ਟੱਟੀ ਵਰ ਗਈ। चलो मान लेने वैसे, चलो ए महीने दे वैसे तुसी इन्ना शुक्र है खिलार ते एडी वड्डी गुडवा दी टोटी एक ही दसा बारा ने कटिया ने कीती है ए सिलाई पे रे किते ए जम गई है ए नहीं ए सिलाई पे रे किते कटे ही ना ता करके ना बाबा ने वेख दे वड्डी कौन करदा सही ते पानी किन्ने दिना चलाना महीना खाद खिलाने च महीना तकरीबन दो दिन तो हो गए इतों तक पहुंचे मसी पानी ते ए टूल चलाया वा के गुड सही सही हाँ ते हाँ यहाँ हिना गट्टू किन्ने दिन च खिलरेगा इंटरव्यू लैन आए वेले हो लो कोई गल नहीं भी चार पांच दिन तुहानू वेट कर लांगे खिलार लो खाद तेरी प्रेजेंटेशन की करना अज प्रेजेंटेशन प्रेजेंटेशन दे स्पेलिंग सुना बेटा तुमसे ना हो पाएगा PRESENTION किशा मेनू नहीं आंदे यार ते प्रेजेंटेशन तू करनी है यार ओदे वास्ते कितना स्पेलिंग जरूरी होना चाहिए बंदे दे अंदर कुछ होना चाहिए केड़ी चेक कर बनाया अगर मेरी फोटो खिंचो हूँ बंदा दस बंदा पानी लावे या नहीं फोटो खिंचे वे की करना पानी लाव नहीं अगे क्या आखे जाना बैंक अच्छा किन्ने कटामने घर बैंक च आया उधर अपनी चल चल दिया उधर उधर या मिल चल 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 रहा अमेरिका के अंदर हाँ जी उन देश पैसे का लाया है किन्ने सारे किन्ने चेक आया हाँ 1.5 लाख 1.5 करोड़ का आया अच्छा 1.5 करोड़ का हाँ उन जब करा के लाना चेक क्यों जाना है चेक होंदा लिखे हो जाना है लव पैसे आया ना जनाब अच्छा कितना 1.5 करोड़ हाँ अच्छा उन्हें 50 लाख रखा है बाकी जैसी करोड़ अच्छा अब 50 लाख जरा देना दूने नू ना फिर ओ दे तो बर मगलू सा बाकी जरा करोड़ बचे हैं वो है कितना लमनी आप दूसरी वाले फॉर्च्यूनर नहीं लेनी मेरा किया लेनी किया अच्छा वो मुझे भाई 80 लाख दी फिर हाँ जी वो जो लमनी ना सुबह लमनी टाइम नहीं लगता पैसे कटाव हाँ टाइम पैसे कटाव लगता नहीं मोबाइल दिशा अलग बंद एक वन टू फाइव लगना वन टू फाइव हाँ बगैर दो टायर लगे नहीं बगैर टायर तो अच्छा टायर तो बगैर उन तो की आंदे ना वो करनी है अच्छा भाई मोड़ अलग बंद आप गिर सही और की लगना हाथ गिर सोच सा ओ घोड़े तो अड़े तो बनने हैं नहीं नहीं घोड़े नहीं हैं किस हैं और खच्चरा है ना खच्चरा अच्छा खच्चरा तुम पता ही कौन घोड़ा होंगे की तो खच्चर क्यों होंगे अच्छा नहीं मैंने समझ नहीं है मैं क्या पता नहीं घोड़े हैं खड़ोते हैं दो घोड़े हैं घोड़ा नहीं है खच्चरा होंगे खच्चरा नहीं हाँ घोड़ी तो हाँ जी
ਉਦੋਂ ਤਾਂ ਲਾ ਲਿਆ ਪਾਣੀ ਕਣਕ ਨੂੰ ਤੇ ਅੱਜ ਦੀ ਆ ਨਾਲੇ ਨਾਲੇ ਆਏ ਹੁੰਦਾ ਵਧਾ ਵੇਖ ਲਓ ਪਹਾੜੀ ਪਹਾੜੀ ਇਲਾਕਾ ਪਹਾੜੀ ਇਲਾਕਾ ਤੇ ਨਾਲੇ ਆਪਾਂ ਵੀ ਹੋ ਗਿਆ ਤੇ ਬਾਕੀ ਜ਼ਰੂਰ ਦੱਸਿਆ ਕਰੋ ਯਾਰ ਕਿਵੇਂ ਦਾ ਲੱਗਿਆ ਵਲੋਗ ਤੇ ਚੱਸ ਆਈ ਹੈ ਕਿ ਨਹੀਂ ਤੇ ਬਾਕੀ ਇਨਸ਼ਾਅੱਲਾ ਨਾ ਨਵਾਂ ਤੋਂ ਨਵਾਂ ਕੁਛ ਲਿਆਵਾਂਗੇ ਤਾਂ ਭਾਈ ਆਉਂਦਾ ਮੈਨੂੰ ਅੱਜ ਨਾ ਇੱਕ ਮਾਲਟ ਖਵਾ ਇਹ ਜੀ ਇਹ ਜੋ ਸਾਹਿਬ ਨੂੰ ਮਾਲਟ ਖਵਾਉਣ ਜਾਂਦੇ ਪਏ ਨਹੀਂ ਫਾਈਨਲੀ ਜੀ ਹੁਣ ਪਾਣੀ ਤਾਂ ਲਾ ਲਿਆ ਅਤੇ ਹਾਲਤ ਵਾਹਵਾ ਵਿਗੜੀ ਹੋਈ ਅਤੇ ਮੈਂ ਕਿਹਾ ਕੁਛ ਖਾਵਣ ਪਏ ਮੈਨੂੰ ਨਾ ਖਾ ਪੀ ਲੱਗੀ ਅੰਬ ਤਾਂ ਮੁੜ ਲੱਗਿਆ ਕੋਈ ਨਹੀਂ ਅਤੇ ਕਮਾਂ ਦੇ ਵੀ ਤਕਰੀਬਨ ਖਤਮ ਹੋ ਗਿਆ ਹੈ ਤਾਂ ਆਪਾਂ ਖਾਂਦੇ ਹਾਂ ਅੱਜ ਇੱਕ ਹੋਰ ਚੀਜ਼ ਖਾਂਦੇ ਪਰ ਇੱਕ ਚੀਜ਼ ਤਾਂ ਲਿਆਉਂਦੀ ਨਹੀਂ ਨਮਕ ਨਹੀਂ ਲਿਆਉਂਦਾ ਜੇ ਨਮਕ ਹੁੰਦਾ ਨਾ ਤਾਂ ਝੱਸ ਆ ਜਾਣੀ ਹੈ ਹੁਣ ਖਾਂਦੇ ਹਾਂ ਆਪਾਂ ਇੱਥੇ ਨਾ ਮਾਲਟੇ ਮਿੱਠੇ ਮਿੱਠੇ ਮਾਲਟੇ ਚੈੱਕ ਕਰੋ ਮਾਲਟੇ ਚਲੋ ਮੁੜ ਹੁਣ ਸਾਨੂੰ ਲੱਗੀ ਹੋਈ ਸਾਰੀ ਵਾਹਵਾ ਸਾਰੀ ਭੁੱਖ ਅਤੇ ਖਾਵਣ ਤੋਂ ਚੌਧਰੀ ਹੋਰੀ ਜੀ ਖਾਂਦੇ ਪੈਣ ਤਰਾ ਤਰਾ ਚਾਰ ਚਾਰ ਖਾਧੇ ਤਾਂ ਸਾਰੇ ਸਾਰੇ ਮਿੱਠੇ ਵੈਸੇ ਹੈ ਚਾਸੋ ਕਰਿੰਦੇ ਖਾਂਦੇ ਹਾਂ ਨਾਲੇ ਅਤੇ ਇਹ ਕੀ ਕਰੂੰ ਮੈਂ ਯਾਰ ਮੈਂ ਕੁੰਡਾ ਬਣਾ ਕੇ ਲਿਆ ਅੱਛਾ ਲੱਕੜ ਦਾ ਅੱਛਾ ਮੈਂ ਹੱਥ ਪੜਦਾ ਨਹੀਂ ਪਿਆ ਉਹ ਉੱਤੇ ਵੱਡੇ ਵੱਡੇ ਮਾਲਟੇ ਖੋਤਣ ਮੀਆਂ ਹੈ ਉਹ ਮਲਾਵਣ ਦੀ ਕੋਸ਼ਿਸ਼ ਕਰਨਾ ਪਰ ਹੱਥ ਪੜਦਾ ਨਹੀਂ ਅੱਛਾ ਮੈਂ ਦੇਸੀ ਜੁਗਾੜ ਮਾਲਟੇ ਉਹਨਾਂ ਦੇ ਵਿੱਚ ਨੇੜੇ ਆ ਤੇ ਮਾਲਟੇ ਵੇਖੀ ਕਿਵੇਂ ਹੁੰਦੇ ਲਾ ਕਪੜਿਆ ਕੁੰਡਾ ਪਾਇਆ ਆਉ ਆ ਗਿਆ ਆ ਵੇ ਆ ਨਿਗਮ ਦਾ ਪਿਆ ਇਹ ਸੀ ਹਾਂ ਹਉ ਆਈ ਫਲਚਾ ਇਹਨੂੰ ਚਾ ਚਾ ਬੜਾ ਚਾ ਇਹ ਆ ਵੱਡਾ ਹੀ ਮਾਲਟਾ ਵੱਡਾ ਵੱਡਾ ਮਾਲਟਾ ਇਹ ਇਹ ਕਾ ਵੱਡਾ ਮਾਲਟਾ ਖੁੱਤ ਹੋਈ ਮੀਆਂ ਸਾਡਾ ਦੇਸੀ ਜਗਾੜ ਪਿੰਡੂ ਵਾਲਾ ਇਹ ਤਾਂ ਮੈਂ ਨਹੀਂ ਦੇਣਾ ਤੈਨੂੰ ਹੈ ਤੇ ਮੈਂ ਆਖਾਂ ਸਾ ਚੀਟਿੰਗ ਕਰਤਾ ਹੈ ਤੂੰ ਚੀਟਿੰਗ 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 ਕਰਤਾ ਹੈ ਤੂੰ ਚੰਗਾ ਵੱਡਾ ਹੀ ਵੱਡਾ ਸਾਰਾ ਇਹ ਆ ਇਹ ਜਿਹੜਾ ਹੈ ਨਾ ਇੱਥੇ ਵੀ ਹੱਥ ਨਹੀਂ ਪੜਦਾ ਇਹਨੂੰ ਵੀ ਆ ਕੁੰਡਾ ਪਾਇਆ ਅਹੀਂ ਕਰਕੇ ਫਿਰ ਇਹ ਆ ਥੱਲੇ ਆ ਭਤੀਜਾ ਤੇਰੇ ਕੋਲ ਇੱਕ ਵੀ ਕੋਈ ਨਹੀਂ ਉਹੀ ਤੂੰ ਦੇਸੀ ਜਗਾੜ ਤਾਂ ਲਾ ਲੈ ਇੱਕ ਉਹਦੇ ਖਲੋਤਾ ਹੀ ਵੱਡਾ ਸਾਰਾ ਚਾਲ ਖਵੇ ਪੜਿਆ ਕਿੱਥੇ ਖੋ ਬੋਡੀ ਮਾਲਟਾ ਉਹ ਬੁੱਧੀ ਹੋਏ ਚੰਗਾ ਮੈਂ ਜਾਣਾ ਠੀਕ ਹੈ ਉਹ ਨਹੀਂ ਮੈਂ ਜਾਣਾ ਉਹ ਮੈਨੂੰ ਜਾ ਵੜ ਦੇ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਓਏ ਇਹ ਤਾਂ ਜਗਾੜ ਹੀ ਛੋਟਾ ਸੱਚਾ ਹਿੱਟ ਚਾਹਵਾਂ ਤੈਨੂੰ ਹਿੱਟ ਆਪਾਂ ਦੋਵੇਂ ਖਲੋਨੇ ਮੋੜ ਜਾ ਕੇ ਮਾਲਟੇ ਕੋ ਪੂਰੇ ਉਸ ਦੋਵੇਂ ਇੱਕ ਧਿਆਨ ਰੱਖਿਆ ਤੇ ਚੱਲ ਆ ਜਾ ਇਸ ਤੋਂ ਐਨ ਵੈਸੇ ਮਾਠੇ ਮਿੱਠੇ ਤੇ ਖਾਂਦੇ ਆ ਤੈ ਟੈਨ ਦਿਸ ਜੁਗਾੜ ਚੱਸੋ ਆ ਗਈ ਮੈਂ ਮਾਲਟਾ ਦਾ ਪਰਦਾਦਾ ਹੈ ਮਾਲਟ ਚੰਗਾ ਮੋਟਾ ਵੀ ਖਾ ਮੋਟਾ ਇੱਦੇ ਵੀ ਖਾ ਬਗਾ ਨਹੀਂ ਵੇਖਿਆ ਸ਼ਕੂਰੀ ਸਾਹਿਬ ਹਾਂ ਬਸ ਖਾ ਪੀ ਫਾਈਨਲੀ ਜੀ ਮਾਲਟਾ ਚੱਸੋ ਵਾਲਾ ਮਿੱਠੇ ਮਿੱਠੇ ਨੇ ਵੈਸੇ ਹੈ ਹਾਂਜੀ ਮਿੱਠਾ ਚੈੱਕ ਕਰ ਚੈੱਕ ਕਰ ਕਿ ਖੱਟਾ ਲੂਣ ਹੁੰਦਾ ਨਾ ਮਿਰਚਾਂ ਸੋਰ ਆ ਜਾਣ ਹੁਣ ਲੂਣ ਕੋਈ ਨਹੀਂ ਬਾਬੂ ਮਿੱਠਾ ਅੱਖੇ ਤਾਂ ਬੰਦ ਹੁੰਦੀਆਂ ਪਰ ਜੂਆ ਕੰਟਰੋਲ ਕੰਟਰੋਲ ਹਾਂ ਮਿੱਠਾ ਹੈ ਕੌੜਾ ਮਿੱਠਾ ਚਾਸ ਕਰਿੰਦਾ ਪਿਆ ਚਲੋ ਆ ਛਿਲਕੇ ਵੇਖਣੇ ਵੇਖਣ ਹੁਣ ਕੀ ਬਣਦਾ ਛਿਲਣੇ ਤਾਂ ਚੱਸ ਹੁੰਦੀ ਹੈ ਕਿ ਨਹੀਂ ਵੇਖ ਲੈਂਦੇ ਹਾਂ ਚਲ ਚਲ ਮੁੰਡਾ ਤੇਰੇ ਕੋਲ ਦੋ ਮਿੰਟ ਚਲੋ ਜ਼ਿਆਦਾ ਖਾ ਚੱਸ ਆ ਗਿਆ ਸਭ ਮਿੱਠਾ ਮਿੱਠਾ
ਹੋਰ ਲੱਗ ਗਿਆ ਹੋਰ ਨਾ ਉਹ ਤੇ ਮਾਟ ਲੱਗੇ ਹੁੰਦੋ ਉਹ ਨਾ ਥੋੜੇ ਔਖੇ ਰੱਬ ਦੀ ਕੁਦਰਤ ਹੈ ਸਮਝ ਗਿਆ ਨਾ ਨਾਲ ਤੇ ਤੂੰ ਤਾਂ ਨਹੀਂ ਕਰਨਾ ਬਸ ना कमल मैं तो खाना जो बेड़ी जाना और अगर तुम लोग नए हो तो सब्सक्राइब करो, वो जो लाल वाला बटन है उस पर फूट फेंक के मारो या फिर मोमबत्ती, मुझे नहीं पता, बस क्लिक हो जाना चाहिए।